ਰਹੀਮ, ਸਭ ਤੋਂ ਪਹਿਲਾਂ ਤੁਹਾਨੂੰ ਦੂਸਰਾ ਮਰਤਬਾ ਸੱਲੀ ਅਲਾ ਮੁਹੰਮਦ ਵਾਲੀ ਵਸਾਬੀ ਵਸੱਲਮ। ਅਸਲਾਮ ਵਾਲੇਕੁਮ ਜੀ, ਸੱਚਣਾ ਸਾਥੀਆਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ, ਮੇਰੇ ਵੇਖਣ ਵਾਲੇ, ਮੇਰੇ ਚਾਹਣ ਵਾਲਿਆਂ ਨੂੰ। ਅਤੇ ਅੱਜ ਦਾ ਵਿਲਾਗ ਕਰ ਰਹੇ ਜੀ ਸਟਾਰ ਸੀ, ਅਲਹਮਦੁਲਿਲਾ ਜੀ। ਅਸੀਂ ਖਾਣਾ ਆ ਬਰੋਸਟ, ਠੀਕ ਹੈ, ਇਹ ਸ਼ਾਪ 'ਤੇ ਹੀ ਬਰੋਸਟ ਖਾਣਾ ਹੈ ਅਤੇ ਬਹੁਤ ਮਸ਼ਹੂਰ ਹੈ ਅਤੇ ਬੜਾ ਟੇਸਟੀ ਅਤੇ ਬੜਾ ਕਮਾਲ ਦਾ ਬਰੋਸਟ ਹੈ ਬਣਾਉਂਦੇ ਨੇ। ਅਤੇ ਅਸੀਂ ਜਨਾਬ ਟੇਸਟ ਕਰਨ ਆਇਆ, ਖਾਣ ਆਇਆ, ਅਤੇ ਐਪ ਚੈੱਕ ਕਰੋ ਸ਼ਾਪ 'ਤੇ ਜਨਾਬ, ਅਸੀਂ ਹੁਣ ਬਰੋਸਟ ਖਾਂਦੇ ਹਾਂ ਅਤੇ ਜਨਾਬ ਤੁਹਾਡੇ ਨਾਲ ਸ਼ੇਅਰ ਕਰਨੇ। ਮੈਂ ਕਿਹਾ ਆਪਣੇ ਦੋਸਤ ਨਾਲ ਵੀ ਸ਼ੇਅਰ ਕੀਤਾ ਜਾਵੇ ਕਿ ਆਹ ਕੁਆਲਿਟੀ ਦਾ ਯਾਨੀ ਕਿ ਬਰੋਸਟ ਬਣਾਉਂਦੇ ਨੇ, ਠੀਕ ਹੈ। ਲਓ ਜੀ, ਮਾਸ਼ਾਅੱਲਾ, ਬਰੋਸਟ ਵਾਲੀ ਦੁਕਾਨ ਹੈ ਜੀ, ਠੀਕ ਹੈ। ਬੜੀ ਖੂਬਸੂਰਤ ਬਰੋਸਟ, ਮਜ਼ੇਦਾਰ ਬਰੋਸਟ ਬਣਾਉਂਦੇ ਨੇ ਜੀ। ਆਓ ਫਿਰ ਅੰਦਰ ਚੱਲੀਏ ਹੁਣ, ਠੀਕ ਹੈ ਜੀ। ਸਾਡੀ ਟੀਮ ਬੈਠੀ ਦੀ ਹੈ ਮਾਸ਼ਾਅੱਲਾ, ਠੀਕ ਹੈ, ਅਤੇ ਅਸੀਂ ਅਲਹਮਦੁਲਿਲਾ ਟੀਮ ਸਾਡੀ ਬਹਿ ਗਈ ਦੀ ਹੈ ਅਤੇ ਹੁਣ ਬਰੋਸਟ ਲੱਗ ਰਿਹਾ ਸਾਡਾ ਅਤੇ ਵੇਟ ਕਰ ਰਹੇ ਨੇ ਸਾਰੇ ਦੋਸਤ, ਠੀਕ ਹੈ ਜੀ। ਰਾਣਾ ਸਾਹਿਬ ਬੈਠੋ ਬੈਠੋ ਮਾਸ਼ਾਅੱਲਾ। ਇਹ ਆਪਣਾ ਇਹਨਾਂ ਦਾ ਮੈਨਿਊ ਹੈ ਜੀ, ਠੀਕ ਹੈ, ਅਤੇ ਪੀਜ਼ਾ ਵਗੈਰਾ ਵੀ ਲਾਉਂਦੇ ਨੇ, ਠੀਕ ਹੈ, ਹੋਰ ਚਿਪਸ ਵਗੈਰਾ ਕਾਫੀ ਚੀਜ਼ਾਂ ਯਾਨੀ ਕਿ ਆਈਟਮਾਂ ਇਹ ਲਾਉਂਦੇ ਨੇ, ਠੀਕ ਹੈ, ਅਤੇ ਸਾ ਬਰੋਸਟ ਬਣਾ ਰਹੇ ਨੇ, ਠੀਕ ਹੈ ਭਾਈ ਹੋਰੀ। ਅਤੇ ਇਨਸ਼ਾਅੱਲਾ ਸਾਡਾ ਜੋ ਹੀ ਬਰੋਸਟ ਰੈਡੀ ਹੁੰਦਾ ਆਉਂਦਾ ਫਿਰ ਤੁਹਾਨੂੰ ਜਨਾਬ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਜਨਾਬ, ਕੈਸਾ ਟੇਸਟ ਵੀ ਸ਼ੇਅਰ ਕਰਾਂਗੇ। ਆ ਗਿਆ ਮਾਸ਼ਾਅੱਲਾ ਜੀ ਬਰੋਸਟ ਜਿਹੜਾ ਜੀ, ਚੈੱਕ ਕਰੋ ਜੀ ਮਾਸ਼ਾਅੱਲਾ, ਇਹ ਕਿਆ ਹੈ, ਦੋ ਲਵਾਏ ਨੇ ਮਾਸ਼ਾਅੱਲਾ ਜੀ, ਚੈੱਕ ਕਰੋ ਜੀ ਸਜੂ ਭਾਈ। ਕਿਆ ਬਾਤ ਹੈ ਜੀ ਮਾਸ਼ਾਅੱਲਾ, ਇਹ ਜੀ ਬਰੋਸਟ। ਅੱਛਾ ਜੀ, ਠੀਕ ਹੋ ਗਿਆ। ਲਓ ਜੀ ਰਾਣਾ ਸਾਹਿਬ ਜੀ ਮਾਸ਼ਾਅੱਲਾ ਜੀ, ਸਾਡਾ ਦੋਸਤ ਜੀ, ਕਿਆ ਬਾਤ ਹੈ ਰਾਣਾ ਅਸਲਾਨ ਸਾਹਿਬ ਜੀ, ਹਾਂਜੀ ਵੈਸ ਭਾਈ ਚੈੱਕ ਕਰੋ ਹੁਣ ਤਾਂ ਟੇਸਟ, ਰਾਣਾ ਸਾਹਿਬ ਖਾਈ ਜਾਣ ਡੇ, ਦੱਸੋ ਟੇਸਟ ਕੈਸਾ। ਅੱਛਾ ਜੀ, ਠੀਕ, ਹਾਂਜੀ ਮਲਕ ਸਾਹਿਬ, ਅੱਛਾ ਟੇਸਟ ਹੈ ਬਰੋਸਟ, ਬਰੋਸਟ ਆਲ ਸੌਦੀ, ਠੀਕ ਹੈ। ਲਓ ਜੀ ਇਹ ਖੁਬਸ ਨੇ, ਠੀਕ ਹੈ, ਅਸੀਂ ਤਾਂ ਪਾਕਿਸਤਾਨ ਰੋਟੀ ਵਗੈਰਾ ਖਾਂਦੇ ਹਾਂ ਨਾ, ਇਹ ਖੁਬਸ ਹੁੰਦੇ ਨੇ, ਠੀਕ ਹੈ ਜੀ, ਅਤੇ ਨਰਮ ਜਿਹੇ ਖੁਬਸ ਹੁੰਦੇ ਨੇ, ਅਤੇ ਇਹ ਜਨਾਬ ਸੌਦੇ ਚੱਲਦੇ ਨੇ ਜ਼ਿਆਦਾ, ਠੀਕ ਹੈ। ਰੋਟੀ ਵੀ ਮਿਲ ਜਾਂਦੀ ਹੈ ਪਰ ਲੇਕਿਨ ਰੋਟੀ ਜਿਹੜੀ ਹੈ ਬਹੁਤ ਯਾਨੀ ਕਿ ਜ਼ਿਆਦਾ ਮੋਟਾਈ ਹੁੰਦੀ ਹੈ, ਨਹੀਂ ਚਿੱਥੀ ਜਾਂਦੀ। ਇਹ ਖੁਬਸ ਜਿਹੜੇ ਨੇ ਨਾਰਮਲ ਹੁੰਦੇ ਨੇ, ਪਤਲੇ ਰੋਟੀ ਟਾਈਪ ਹੀ ਅਤੇ ਨਰਮ ਹੁੰਦੇ ਨੇ। ਅੱਛਾ ਵੈਸ ਭਾਈ, ਵੈਸ ਭਾਈ ਠੀਕ ਹੈ, ਠੀਕ ਹੋ ਗਏ। ਕੈਸਾ ਟੇਸਟ ਜੀ, ਵਾਕਈ ਯਾਰ ਮਜ਼ਾ ਵਾਕਈ ਬੜਾ ਆਇਆ। ਹਾਂਜੀ ਜ਼ਾਹਿਦ ਭਾਈ, ਨਹੀਂ ਨਹੀਂ ਵਾਕਈ ਯਾਰ ਮਜ਼ਾ ਸੀ ਮਾਸ਼ਾਅੱਲਾ ਬਰੋਸਟ ਦਾ। ਤੇ ਮੈਂ ਜੀ ਸਜੂ ਭਾਈ ਤੁਸੀਂ ਦੱਸੋ ਨਾ ਜ਼ਰਾ ਕੈਸਾ ਜ਼ਾਇਕਾ ਜੀ, ਦੱਸਣ ਦੇ ਆ ਮੈਨੂੰ ਤਾਂ ਬੜਾ ਹੀ ਟੇਸਟ ਆਇਆ, ਪਹਿਲੀ ਵਾਰੀ ਖਾਧਾ ਤੇ ਮੈਨੂੰ ਮਾਸ਼ਾਅੱਲਾ ਬੜਾ ਹੀ ਮਜ਼ਾ ਆਇਆ ਜੀ ਬਰੋਸਟ ਦਾ।
ਠੀਕ ਹੈ ਸਾਰੇ ਦੋਸਤ ਕਹਿ ਰਹੇ ਨੇ ਕਿ ਜਨਾਬ ਬੜਾ ਮਜ਼ਾ ਆਇਆ ਬਰੋਸ਼ ਦਾ ਅਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਜ਼ਰੂਰ ਵੀਡੀਓ ਪਸੰਦ ਆਈ ਹੋਏਗੀ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਕਰਨਾ ਸ਼ੇਅਰ ਕਰਨਾ ਸੱਜਣਾਂ ਨਾਲ ਸਾਥੀਆਂ ਨਾਲ ਵੀਰਾਂ ਨਾਲ ਭਰਾਵਾਂ ਨਾਲ ਅਤੇ ਅੱਜ ਦਾ ਵਲੌਗ ਕਰਨੇ ਐਂਡ ਅਗਲੇ ਵਲੌਗ ਤੱਕ ਸਾਨੂੰ ਦਿਓ ਇਜਾਜ਼ਤ ਓਕੇ ਅੱਲਾ ਹਾਫਿਜ਼ ਅਸਲਾਮ ਅਲੈਕੁਮ।